ਲਕਮ ਦੋਸਤੋ ਕੀ ਹਾਲ ਚਾਲ ਨੇ ਤੁਹਾਡਾ ਮੇਜ਼ਬਾਨ ਰਿਆਜ਼ ਅਹਿਮਦ ਤੁਸੀਂ ਵੇਖ ਰਹੇ ਹੋ ਸੋਹਣਾ ਪੰਜਾਬ ਟੀਵੀ ਤੁਹਾਡਾ ਸੱਚੇ ਦੇ ਮੋਲ ਤੋਂ ਲੈ ਕੇ ਆਉਂਦਾ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਸਾਨੀ ਪਹੁੰਚਦਾ ਰਹੇ ਆ ਮੇਰੇ ਸੱਜੇ ਪਾਸੇ ਪਿਓਰ ਨੀਲੀ ਝੋਟੀ ਆਈ ਹੈ ਮਾਸ਼ਾਅੱਲਾ ਲੈਣਾ ਦੇਣਾ ਮੁਕੱਦਰ ਹੈ ਧੁੰਨੀ ਤੋਂ ਲੈ ਕੇ ਸਾਹ ਵਾਨਾ ਲਾਈ ਖੜੀ ਹੈ 2 ਫੁੱਟ ਪੂਰਾ ਵਾਨਾ ਮਾਸ਼ਾਅੱਲਾ ਘੱਟ ਕਾਲੀ ਹੈ ਇੱਕ ਰੰਗ ਦੀ ਝੋਟੀ ਹੈ ਮਾਸ਼ਾਅੱਲਾ ਧੁੰਨੀ ਕੋੜੀ ਤੋਂ ਸਾਫ਼ ਹੈ ਪੂਛਲ ਬੜੀ ਬਰੀਕ ਹੈ ਵੱਖੀ ਚੰਗੀ ਹੈ ਕੱਦ ਬੜਾ ਹੈ ਬਾਕੀ ਲੈਣਾ ਦੇਣਾ ਮੁਕੱਦਰ ਅੱਲਾਹ ਦੀ ਮਿਹਰਬਾਨੀ ਨਾਲ ਸੋਹਣਾ ਪੰਜਾਬ ਟੀਵੀ ਤੇ ਇਨਸ਼ਾਅੱਲਾ ਅੱਛੇ ਤੇ ਪਿਓਰ ਨੀਲੀ ਜਾਨ ਮਿਲਦੇ ਨੇ ਇਹਨੂੰ ਆਨੇ ਪਿਓਰ ਨੀਲੀ ਦੀ ਮਾਸ਼ਾਅੱਲਾ ਥਣ ਬੜਾ ਪਿਆਰਾ ਲੱਗਿਆ ਮੋਟਾ ਮੋਟਾ ਥਣ ਲੱਗਿਆ ਵਾਨਾ ਧੁੰਨੀ ਤੋਂ ਲੈ ਕੇ ਸਾਰ ਤੇ ਲਾਈ ਖੜੀ ਹੈ ਖੁੱਲ੍ਹੇ ਵਾਨੇ ਦੀ ਹੈ ਮਾਸ਼ਾਅੱਲਾ ਕੋਈ ਬਾਈ ਨਹੀਂ ਕੋਈ ਵਾਧਾ ਕੋਈ ਘਾਟਾ ਨਹੀਂ ਹੈਗਾ ਮਾਝ ਦੇ ਥਣ ਦੇ ਵਿੱਚ ਅੱਲਾਹ ਦੀ ਮਿਹਰਬਾਨੀ ਬਾਈ ਦੇ ਵਿੱਚ ਘੱਟ ਕਾਲੀ ਹੈ ਕੰਨ ਬੜੇ ਲੰਮੇ ਨੇ ਮੋਟੀਆਂ ਮੋਟੀਆਂ ਅੱਖਾਂ ਨੇ ਪਤਲੀ ਬੂਥੀ ਹੈ ਸੋਹਣਾ ਪੰਜਾਬ ਟੀਵੀ ਤੇ ਇਨਸ਼ਾਅੱਲਾ ਅੱਛੇ ਤੇ ਪਿਓ ਨੀਲੀ ਜਾਨ ਮਿਲਦੇ ਨੇ ਤੇ ਇਨਸ਼ਾਅੱਲਾ ਮਿਹਨਤ ਕਰੀ ਦੀ ਅੱਲਾਹ ਦੀ ਮਿਹਰਬਾਨੀ ਦੇ ਨਾਲ ਡੰਗਰ ਐਵੇਂ ਲੱਭਦਾ ਸੁਥਰਾ ਮਿਹਨਤ ਨਾਲ ਲੱਭਦਾ ਧੁੰਨੀ ਤੋਂ ਲੈ ਕੇ ਸਾਹ ਤੇ ਵਾਨਾ ਲਾਈ ਕਰੀ ਕੈਮਰਾਮੈਨ ਸੱਤ ਸੱਲੀਆਂ ਕਰਾ ਦੇਣੀਆਂ ਨੇ ਕੋਈ ਸੱਜਣ ਬੇਲੀ ਇਹ ਨਾ ਕਵੇ ਫਲਾਣੀ ਚੀਜ਼ ਰਹਿ ਗਈ ਹੈ ਅੱਲਾਹ ਦੀ ਮਿਹਰਬਾਨੀ ਨਾਲ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਣਾ ਜਾਨਵਰ ਸਾਡੇ ਤੇ ਨਹੀਂ ਰਹਿਣਾ ਪਰ ਜਾਨਵਰ ਦੀ ਇਨਸ਼ਾਅੱਲਾ ਤਾਰੀਫ਼ ਕਰਨੀ ਚਾਹੀਦੀ ਹੈ ਮਾਸ਼ਾਅੱਲਾ ਕਮੈਂਟ ਲਾਜ਼ਮੀ ਲਾਉਣੇ ਨੇ ਕੰਨੀ ਲੰਮੀ ਹੈ ਧੁੰਨੀ ਕੋੜੀ ਤਾਂ ਸਾਫ਼ ਹੈ ਫੌਜ ਸਾਹਿਬ ਸਾਰੀਆਂ ਗੱਲਾਂ ਪੁੱਛ ਲਾਂਗੇ ਜੋ ਵੀ ਮਾਮਲਾਤ ਨੇ ਸੋਈਏ ਜਾਂ ਸੁਣ ਲਾਂਗੇ ਅਸਲਾਮ ਅਲੈਕੁਮ ਫੌਜ ਸਾਹਿਬ ਵਾਲੇਕੁਮ ਸਲਾਮ ਬਾਈ ਫੌਜ ਸਾਹਿਬ ਝੋਟੀ ਜਿਹੜੀ ਹੈ ਮੂੰਹ ਚੌਗੀ ਹੈ ਕਿਵੇਂ ਚੌਗੀ ਹੈ ਬਾਈ ਮੂੰਹ ਚੌਗੀ ਹੈ ਕੱਟ ਕਾਲੀ ਹੈ ਕੱਟ ਕਾਲੀ ਇੱਕ ਰੰਗ ਦੀ ਅੱਛਾ ਜੀ ਸ਼ਾਹ ਕਾਲੀ ਰੰਗ ਦੇ ਇਹ ਥਣ ਜਿਹੜਾ ਵਾਨਾ ਜਿਹੜਾ ਹੈ ਖੁੱਲੇ ਵਾਨੇ ਦੀ ਝੋਟੀ ਹੈ ਜਾਂ ਵੱਡੇ ਵਾਨੇ ਦੀ ਕੋਈ ਆਵੇ ਬੰਦਾ ਨਿੰਦ ਨਹੀਂ ਸਕਦਾ ਅੱਲਾਹ ਤੋਂ ਗੁਨਾ ਬਈ ਖੁੱਲੇ ਵਾਨੇ ਨਹੀਂ ਤੇ ਮਾਸ਼ ਨੂੰ ਗੁੱਲ ਵੇਖ ਲੱਗਾ ਝੋਟੀ ਦੀ ਅੱਛਾ ਥਣ ਬਹੁਤ ਚੰਗਾ ਰੱਬ ਨੇ ਲਾਇਆ ਅੱਛਾ ਹਾਂ ਲੱਗਦਾ ਬੰਦੀ ਤਾਂ ਹਰ ਸ਼ਹਿਰ ਅੱਲਾਹ ਵੱਲੋਂ ਹੈ ਨਾ ਹਾਂਜੀ ਹਾਂਜੀ ਕਿਹੜਾ ਸੌ ਹੈ ਸੀਰ ਸੌ ਅੱਛਾ ਹਾਂ ਖੁੱਲੇ ਵਾਨੇ ਦੀ ਝੋਟੀ ਹੈ ਮਾਸ਼ਾਅੱਲਾ ਇਹ ਦਿਨ 5-4 ਲੈਂਦੀ ਛੋਟਾ ਬਰੀਕ ਬਿਲਕੁਲ ਹੈ ਬਰੀਕ ਚਮੜੀ ਆ ਇਧਰ ਵੇ ਇਧਰ ਇਧਰ ਆ ਅੱਛਾ ਪੁੱਛ ਲਈ ਝੋਟੀ ਚਲਾ ਅੱਛਾ ਇਧਰ ਵੇ ਇਧਰ ਅੱਛਾ ਜੀ ਇਧਰ ਵੇ ਇਧਰ ਤੇ ਸੂਦਾ ਡੋਡਾ ਚੁੱਕੀ ਖਲੀ ਹੈ ਸੂਦਾ ਡੋਡਾ ਬਈ ਹੋਰ ਹੁਣ ਇਹਦਾ ਕਿਵੇਂ ਚੁੱਕਦੀਆਂ ਨੇ ਵੇਖ ਅੱਛਾ ਜੀ ਸੂਦਾ ਡੋਡਾ ਚੁੱਕੀ ਮਾਸ਼ਾਅੱਲਾ ਖੁੱਲੇ ਵਾਨੇ ਦੀ ਝੋਟੀ ਹੈ ਅੱਲਾ ਦੀ ਮਿਹਰਬਾਨੀ ਨਾਲ ਅੱਛਾ ਪਰ ਨੂੰ ਇਧਰ ਨੂੰ ਮੈਂ ਨੂੰ ਟੁਰਨ ਦੇ ਬਾਕੀ ਲਾਣਾ ਦੇਣਾ ਮੁਕੱਦਰ ਅੱਲਾ ਦੀ ਮਿਹਰਬਾਨੀ ਨਾਲ ਝੋਟੀ ਵਿੱਚ ਕਮੀ ਕਿਤਾਈ ਨਹੀਂ ਹੈਗੀ ਤੋਰ ਚੰਗੀ ਝੋਟੀ ਨੇ ਮਾਸ਼ਾਅੱਲਾ ਤੋਰਾ ਵੇ ਮੈਂ ਮਾਝ ਦਾ ਖੁੱਡਾ ਬਰੀਕ ਬੜੀ ਹੈ ਮਾਸ਼ਾਅੱਲਾ ਜਿਵੇਂ ਰੇਸ਼ਮ ਹੁੰਦੀ ਹੈ ਇਹਨੂੰ ਆਨੇ ਪਿਓ ਨੀਲੀ ਦੀ ਮਾਸ਼ਾਅੱਲਾ ਮਲਕਾ ਪਿਓ ਨੀਲੀ ਦੀ ਇਧਰ ਵੇ ਮੈਂ ਕੰਨੀ ਵੇਖ ਅੱਛਾ ਲੱਕ ਵੇਖ ਮੈਂ ਦਾ ਫਿਰ ਅੱਛਾ ਜੀ ਹਾਂ ਕਈ ਮਈ ਲੱਕੀਆਂ ਹੋ ਜਾਂਦੀਆਂ ਨੇ ਅੱਛਾ ਤੇ ਫੌਜ ਸਾਹਿਬ ਜਿਹੜੇ ਮੱਝ ਆਪਣੀ ਕਿੰਨੇ ਦਿਹਾੜੇ ਦਾ ਨਹੀਂ ਸੁਵੰਦੇ ਬਈ 4-5 ਦਿਨ ਮੈਂ ਤਾਂ ਕਹਿੰਦਾ 4-5 ਦਿਨ ਲਾਉਗੀ 4-5 ਦਿਨ ਪਿੱਛਾ ਨਹੀਂ ਮਾਰ ਅੱਲਾਹ ਤਾਲਾ ਦਾ ਕੰਮ ਹੈ ਬਾਈ ਪਿੱਛਾ ਗਵਾ ਦਾ ਘਾਟਾ ਨਾ ਬਾਈ ਉਹਦੀ ਆਪਣੀ ਪਿੱਛੇ ਦੀ ਆਪਣੀ ਗਰੰਟੀ ਹੈ ਜ਼ਿੰਮੇਵਾਰੀ ਹੈ ਅੱਛਾ ਜੀ ਠੀਕ ਹੈ ਬਾਕੀ ਦਿਨ 4 ਲਵੇ 5 ਲਵੇ ਅੱਛਾ ਛੱਡ ਦੇ 2 ਲਵੇ 8 ਲਵੇ ਅੱਛਾ ਕੋਈ ਪਤਾ ਨਹੀਂ रेशम वर्गी है मुल हुण पक्का जे करने ਪਿਆਰ ਮੈਂ ਪਤਾ ਨਾ ਜਿੱਥੇ ਵੇਚ ਲੈਣੀ ਮੁੱਲ ਪੱਕਾ ਜੇ ਮੁੱਲ ਲਿਆ ਆਪਣੇ ਅੱਗੇ ਵੀ ਮੁੱਲ ਨਾ ਗਲਤ ਹੋਏ ਅੱਛਾ ਗਲਤ ਮੁੱਲ ਕਰੀਏ ਤਾਂ ਕੋਈ ਵੀ ਨਹੀਂ ਵੇਖਦਾ ਆ ਡੰਗਰ ਵਿਕਦਾ ਹੀ ਨਹੀਂ ਵਿਕਦਾ ਹੀ ਨਹੀਂ ਨਾ ਸਹੀ ਗੱਲ ਹੈ ਆਪਣੀ ਮੈਂ ਤਾਂ ਜਦੋਂ ਵੀ ਅੱਲਾ ਦੇ ਹੁਕਮ ਨਾਲ ਚੜ੍ਹੀ ਇਹ 2 ਫੁੱਟ ਵਾਨਾ ਪੂਰਾ ਚੌੜਾ ਹੈ ਪੂਰਾ ਅੱਲਾ ਦੇ ਹੁਕਮ ਅੱਛਾ ਜੀ ਤੇ ਆਪਣੀ ਸਹੀ ਆ ਅੱਛਾ ਆਪਣੀ ਮੈਂ ਤਾਂ ਜਦੋਂ ਵੀ ਚੜ੍ਹੀ ਹੈ ਨਾ ਹਾਂਜੀ ਹੁਕਮ ਮੇਰੇ ਲਾ ਦੋ ਇੱਕੋ ਘੰਟੇ ਚ ਵੇਖੀ ਹੈ ਮਾਸ਼ਾਅੱਲਾ ਬਰੀਕ ਬੜੀ ਹੈ ਹਾਂ ਬਾਕੀ ਕਹਿੰਦੇ ਨੇ ਵਿੱਚ ਅੱਲਾ ਦੀ ਮਿਹਰਬਾਨੀ ਦੇ ਨਾਲ 2 ਫੁੱਟ ਪੂਰਾ ਵਾਨਾ ਹੈ ਬਾਕੀ ਗੱਲਾਂ ਨਾਲ ਨਹੀਂ ਅਸੀਂ ਆਂਦੇ ਸੀ ਸੋ ਮਾਜ ਮਾਸ਼ਾਅੱਲਾ ਥਾਂ ਬੜਾ ਪਿਆਰਾ ਲੱਗਿਆ ਡਰਦੀ ਤੁਹਾਡੇ ਤੋਂ ਡਰਦੀ ਮੇਰੇ ਤੋਂ ਮੈਨੂੰ ਸੋਹਣਾ ਪੰਜਾਬ ਟੀਵੀ ਇਨਸ਼ਾਅੱਲਾ ਅੱਛੇ ਤੇ ਪਿਓਰ ਨੀਲੀ ਜਾਵਾ ਲੈ ਕੇ ਆਂਦਾ ਤੇ ਇਨਸ਼ਾਅੱਲਾ ਮਿਲ ਗਈ ਪਿਓਰ ਨੀਲੀ ਦੇ ਬਰੀਕ ਬੜੀ ਹੈ ਮਾਸ਼ਾਅੱਲਾ ਇਹ ਜੂ ਦੀ ਝੋਟੀ ਪਾ ਜੂ ਦੀ ਪਈ ਆ ਕੋਈ ਰਸੇ ਦਾ ਨਿਸ਼ਾਨ ਕੋਈ ਪੈੜੇ ਦਾ ਨਿਸ਼ਾਨ ਕੋਈ ਸ਼ੈ ਨਹੀਂ ਛੱਡ ਦੇ ਜਾਣ ਤੋਂ ਦਿੰਦੇ ਕੋਈ ਰਸੇ ਰੁਸੇ ਦਾ ਨਿਸ਼ਾਨ ਨਹੀਂ ਮੈਨੂੰ ਸੱਜਣ ਬੇਲੀ ਆ ਜਾ ਮੁੱਲ ਜ਼ਿਆਦਾ ਨਹੀਂ ਮੌਸਮ ਵੀ ਇਹੋ ਜਿਹਾ ਹੈ ਕੋ ਲਾਤ ਵੀ ਪੱਠੇ ਵੀ ਕਾਜ ਕਰ ਘੱਟ 3 ਲੱਖ ਦੀ ਝੋਟੀ ਸੀ ਥੋੜਾ ਜਿਹਾ ਮੌਸਮ ਚੰਗਾ ਹੁੰਦਾ ਤਾਂ ਅੱਛਾ ਪੂਰੇ 3.5 ਲੱਖ ਦੀ 3.5 ਲੱਖ ਦੀ ਹਾਂਜੀ
ਇਹ ਮੌਸਮ ਦੇ ਨਾਲ ਮੁੱਲ ਕੀਤਾ ਅੱਛਾ ਜੀ ਮੌਸਮ ਦੇ ਨਾਲ ਹੀ ਲੈ ਆਇਆ ਵਾਂ ਬੜੇ ਨੇ 3 ਲੱਖ ਰੁਪਇਆ ਪੱਕਾ ਜਿਹਾ ਮੁੱਲ 5000 ਰੁਪਇਆ ਛੱਡੂਗਾ ਰਿਆਜ ਠੀਕ ਤੇਰੀ ਚੀਜ਼ ਤੂੰ ਭਾਵੇਂ ਮਾੜੀ ਵੀ ਹੋਵੇ ਤੇ ਚੰਗੀ ਏ ਕੋਈ ਬੰਦਾ ਮਾੜੀ ਨੂੰ ਹਰ ਬੰਦਾ ਵੇਖ ਲੈਂਦਾ ਅੱਛਾ ਆਨਲਾਈਨ ਖੜੀ ਕੈਮਰੇ ਦੇ ਸਾਹਮਣੇ ਖੜੀ ਏ ਕੋਈ ਮੈਨੂੰ ਕੋਈ ਵੱਡੀ ਬੁੱਤੀ ਵਾਲੀ ਵੱਡੀ ਬੁੱਤੀ ਬਾਈ ਹੋਰ ਹੁਣ ਐਡੂ ਵੱਡੀਆਂ ਬੁੱਤੀਆਂ ਕਿੱਦਾਂ ਦੀਆਂ ਹੁੰਦੀਆਂ ਠੀਕ ਹੈ ਫੌਜ ਸਾਹਿਬ ਤੁਹਾਨੂੰ ਨਾ 3 ਲੱਖ 2 ਲੱਖ ਤੇ 95,000 ਰੁਪਇਆ ਹੈ ਹਾਂਜੀ 2 ਲੱਖ ਚੰਗ ਕਰੇਗਾ ਲਾਜ਼ਮੀ ਪਿਆਰ ਮੁਹੱਬਤ ਜਿਹੜਾ ਕੋਈ ਪਿੱਛਾ ਤਾਂ ਨਹੀਂ ਮਾਰਦੀ ਬਾਈ ਪਿੱਛੇ ਦੀ ਇੱਥੇ ਬਹਿ ਜੀ ਸਾਰੀ ਦਿਹਾੜੀ ਮੈਂ ਬਹਿ ਜਾਂਦੀ ਅੱਛਾ ਜੇ ਮਾੜਾ ਜਿਹਾ ਨਿਸ਼ਾਨ ਵੀ ਮੈਂ ਪਿੱਛੇ ਤੱਕ ਇਹ ਥਾਂ ਰੋਕ ਰੋਕ ਦਾ ਥਣ ਲੱਗਿਆ ਥਣ ਰੋਕ ਰੋਕ ਦਾ ਲੱਗਾ ਅੱਛਾ ਹਾਂ ਠੀਕ ਹੈ ਮੈਂ ਡਰਦੀ ਅੱਛਾ ਫੌਜ ਸਾਹਿਬ ਜਿਹੜਾ ਮੈਂ ਜਿਹੜੀ ਆਪਣੀ ਹਾਂਜੀ ਥਾਣ ਮਾਛਲ ਗਿੱਠ ਗੜੀ ਵਾਲਾ ਵਾਕਿਆ ਹੈ ਨੇ ਅੱਲਾ ਦੇ ਕੋਲ ਗਿੱਠ ਗੜੀ ਵੰਡਾ ਸਾਹਮਣੇ ਖੜੀਆਂ ਬਈ ਅੱਛਾ ਠੀਕ ਹੋਗਾ ਜੀ ਤੇ ਸੋਹਣਾ ਪੰਜਾਬ ਟੀਵੀ ਤੇ ਇਨਸ਼ਾਅੱਲਾ ਅੱਛੇ ਤੇ ਪਿਓ ਨੀਲੀ ਜਾਨ ਮਿਲਦੇ ਨੇ 2,95,000 ਰੁਪਇਆ ਵਿੱਚ ਪਿਆਰ ਮੁਹੱਬਤ ਬਿਲਕੁਲ ਹੋਵੇਗਾ ਅੱਲਾ ਦੀ ਮਿਹਰਬਾਨੀ ਨਾਲ ਫੁੱਲ ਫੁੱਲ ਪਿਆਰ ਮੁਹੱਬਤ ਹੋਣਾ ਹੈ ਇਹ ਗੱਲਾਂ ਲਾ ਲਈ ਅਸੀਂ ਆਉਂਦੇ ਸਾਡੇ ਨਾਲ ਰਾਬਤਾ ਕਰੇ ਨੰਬਰ ਹੁੰਦਾ 0349-0211 ਵਟਸਐਪ ਨੰਬਰ 3 ਨੰਬਰ ਹੈ ਮਿਲਾਂਗੇ ਅਗਲੀ ਇਸ ਵੀਡੀਓ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ